मंगो दुआ के शाला इंजदा नसीब होवे, मंगो दुआ के शाला इंजदा नसीब होवे। जद आवे मौत मैनू, जद आवे मौत मैनू, सोना करीब होवे, मंगो दुआ के शाला इंजदा नसीब होवे। जिस वेले विच कबर दे सोना कदम टिकावे। बिस्मिल्लाह रहमान रहीम। अस्सलाम वालेकुम दोस्तों और गुरु नाज़रीन, तुहाडे सामने अगली वीडियो दे नाल हाज़र हां। तुसीं देख रहे हो कि यह जिहड़ा नुस्खा माशाल्लाह के बहुत ही ज़बरदस्त है, आजमाया होया है, काफ़ी दफ़ा ये बनाया होया, ये बुजुर्गों का बेहतरीन नुस्खा है, जिंदा नाम है नुस्खे का मेंसो पावर। मेंसो पावर नुस्खा भी, मेंसो पावर गोली भी, बेहतरीन आइटम है। और ये जिहड़ियां चीज़ां तुसीं देख रहे हो इन्हां चीज़ां ते मुश्तमिल है और बहुत जबरदस्त नुस्खा है। और ये चीज़ा जो मैं दस दया कि चीज़ा ने माशाल्लाह, सब तो पहले जंजबील, दूसरे नंबर ते तुखमे गुजर, तुखमे गजर, तुखमे गजर तो अगे मुरमुखी, और इन्हों के वजन तुम मैं दसदा जावा। जंजबील जरा ये पांच तोले और तुम्हें गजर जरा ये चार तोले, अगे मुरमुखी अठ तोले, अगे एलवा पांच तोले, कुरफा पांच तोले, दाना काकला पांच तोले, गुलकंद आफताबी वी तोले, सबद काई अठ तोले, तो जाफरान पांच ग्राम। ठीक है, यह नुस्खा है जरा तुम देख रहे हो ताडे सामने, ये बहुत ही आला तो बड़ी जबरदस्त चीज़ है। और इनका बनाने का तरीका जरा वो तुम दसने कि करना है। जी गुलकंद आफताबी है इनू दसा, सब तो पहले अलहदा असं कुटना है कि इंदा कुट के एक लुआब बनाना है, लुआब बनाना है कि जिंदे विच असी गोली बनानी है, लहदा इनू सब तो एंड दे जरा ना वह कुटांगे। बाकी ये चीज़ा जो तुम देख रहे हो जाफरान भी है और यह सारिया चीज़ा भी ने, इन्हों असी कुट के ते अलहदा अलहदा इहदा वह पाउडर बनाने, वह पाउडर बना के ते तुहानू फिर दिखाने, क्योंकि इस तरह काफ़ी टाइम लग जाता है। तो मैं कहना कि चलो वीडियो जी शार्ट होएगी ताकि एक दफा इन्होंने सारिया कुट के तुहानू दिखाने इहदा पाउडर बना के, तो इन्हां दी असीं गोली तैयार करांगे, वह तुहानू बाद च दिखाने गोली भी। हाँ जी, हम इतने इन्हों की कटाई करने इतने, और इस तरह ही पहले सब तो इन्हें करने हैं। Thank you.
ਮਾਸ਼ਾਅੱਲਾ ਮਾਸ਼ਾਅੱਲਾ, ਦੇਖੋ ਸਾਰੀਆਂ ਚੀਜ਼ਾਂ ਅਸੀਂ ਕੁੱਟ ਕੇ ਉਹ ਬਰੀ ਕਰ ਦਿੱਤੀਆਂ ਨੇ, ਬਹੁਤ ਜ਼ਬਰਦਸਤ ਹੋ ਗਿਆ। ਔਰ ਇਹਨੂੰ ਅਸੀਂ ਹੁਣ ਇਹਨੂੰ ਸਾਈਡ 'ਤੇ ਕਰ ਦਿੰਦੇ ਹਾਂ, ਅਤੇ ਅਗਲੀ ਆਈਟਮ ਬਿਸਮਿਲ੍ਲਾਹਿ ਰਹਿਮਾਨ ਰਹਿਮ ਇਹਦੀ ਹੁਣ ਕਟਾਈ ਕਰਨੇ ਹਾਂ। ਉਹਦੀ ਕਟਾਈ ਤਾਂ ਹੁਣ ਕਾਫੀ ਟਾਈਮ ਲੱਗ ਜਾਣਾ, ਤਾਂ ਕਿ ਇਹਦਾ ਬਿਲਕੁਲ ਬਰੀਕ ਜਿਹੜਾ ਇਹਦਾ ਲੋਆ ਤਿਆਰ ਕਰਨਾ, ਇਹਨੂੰ ਅਜੇ ਕਾਫੀ ਟਾਈਮ ਲੱਗ ਜਾਣਾ। ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਜ਼ਬਰਦਸਤ ਹੋ ਗਈ। ਦੇਖੋ ਕਾਫੀ ਦੇਰ ਹੋ ਗਈ ਅਸੀਂ ਇਹਦੀ ਕਟਾਈ ਕਰ ਰਹੇ ਹਾਂ। ਔਰ ਹੁਣ ਇਹਦੇ ਅੰਦਰ ਅਸੀਂ ਨਾ ਜਿਹੜਾ ਸਮਾਨ ਬਣਾਇਆ ਹੋਇਆ ਇਹਦੇ ਅੰਦਰ ਮਿਕਸ ਕਰਨੇ ਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਤੋ ਹੁਣ ਮਜ਼ੀਦ ਤੁਹਾਨੂੰ ਅਸੀਂ ਸਾਰਾ ਮਿਕਸ ਕਰਕੇ ਕੰਪਲੀਟ ਕਰਕੇ ਵਿਖਾਵਾਂਗੇ, ਕਿਉਂਕਿ ਉਸ ਤਰ੍ਹਾਂ ਦਾ ਟਾਈਮ ਲੱਗਣਾ ਕਾਫੀ। ਮਾਸ਼ਾਅੱਲਾ ਜ਼ਬਰਦਸਤ ਹੋ ਗਈ ਹੈ, ਔਰ ਕਾਫੀ ਦੇਰ ਤੋਂ ਅਸੀਂ ਇਹਦੀ ਕਟਾਈ ਕਰ ਰਹੇ ਹਾਂ। ਆ ਦੇਖੋ ਜ਼ਬਰਦਸਤ ਗੋਲੀ ਦੇ ਵਾਸਤੇ ਉਹ ਬਣ ਗਈ, ਯਾਨੀ ਕਿ ਇਹਦੀ ਹੁਣ ਗੋਲੀ ਅਸੀਂ ਬਣਾਉਣੇ ਆ। ਮਾਸ਼ਾਅੱਲਾ ਜ਼ਬਰਦਸਤ ਦੇਖੋ ਗੋਲੀਆਂ ਬਣਾ ਰਹੇ ਅਸੀਂ। ਔਰ ਇਹ ਮੈਨਸੋ ਸੁਪਰ ਗੋਲੀ, ਮੈਨਸੋ ਸੁਪਰ ਨੁਕਸਾ, ਮੈਨਸੋ ਪਾਵਰ ਨੁਕਸਾ ਅਤੇ ਮੈਨਸੋ ਪਾਵਰ ਗੋਲੀ। ਔਰ ਇਹ ਬਹੁਤ ਹੀ ਜ਼ਬਰਦਸਤ ਹੈ ਅਤੇ ਬਹੁਤ ਹੀ ਆਲਾ ਹੈ। ਔਰਤਾਂ ਵਾਸਤੇ ਇਹ ਬਹੁਤ ਹੀ ਆਲਾ ਅਤੇ ਬੜੀ ਹੀ ਜ਼ਬਰਦਸਤ ਚੀਜ਼ ਹੈ, ਮੈਨਸਿਸ ਦੀ ਖਰਾਬੀ ਵਾਸਤੇ, ਮੈਨਸਿਸ ਦੀ ਰੁਕਾਵਟ ਵਾਸਤੇ, ਮੈਨਸਿਸ ਦੀ ਦਰਦ ਵਾਸਤੇ, ਮਾਹਵਾਰੀ ਨੂੰ ਠੀਕ ਰੱਖਣ ਵਾਸਤੇ, ਬਲਕਿ ਕਿ ਇਹ ਬੰਦ ਮਹਿਵਾਰੀ ਨੂੰ ਖੋਲ੍ਹਣ ਵਾਸਤੇ ਬਹੁਤ ਹੀ ਆਲਾ ਅਤੇ ਬੜਾ ਜ਼ਬਰਦਸਤ ਨੁਕਤਾ ਹੈ। ਔਰ ਇਹਦੇ ਕੁਛ ਅਰਸਾ ਇਸਤੇਮਾਲ ਕਰਨ ਦੇ ਨਾਲ ਪੁਰਾਣੇ ਤੋਂ ਪੁਰਾਣਾ ਮਸਲਾ ਮਾਹਵਾਰੀ ਦਾ ਜਿਹੜਾ ਉਹ ਅੱਲਾਹ ਦੇ ਹੁਕਮ ਨਾਲ ਇਨਸ਼ਾਅੱਲਾ ਇਨਸ਼ਾਅੱਲਾ ਉਹ ਠੀਕ ਹੋ ਜਾਂਦਾ ਹੈ। ਔਰ ਅਗਰ ਇਸ ਦੇ ਨਾਲ ਕੋਈ ਹੋਰ ਵੀ ਦਵਾਈ ਇਸਤੇਮਾਲ ਬਿਮਾਰੀ ਦੇ ਲਿਹਾਜ਼ ਨਾਲ ਕਰਨੀ ਪਵੇ ਤਾਂ ਉਹ ਕੀਤੀ ਜਾ ਸਕਦੀ ਹੈ, ਲੇਕਿਨ ਇਹ ਜਿਹੜਾ ਨੁਸਖਾ ਹੈ ਇਹ ਸਾਡੇ ਬਜ਼ੁਰਗਾਂ ਦਾ ਬਹੁਤ ਹੀ ਆਲਾ ਅਤੇ ਬਹੁਤ ਹੀ ਜ਼ਬਰਦਸਤ ਅਤੇ ਬੜਾ ਅੱਛਾ ਇਹ ਨੁਸਖਾ ਹੈ। ਔਰ ਬੜੇ ਅਰਸੇ ਤੋਂ ਇਹ ਬਣਾ ਕੇ ਅਤੇ ਇਸਤੇਮਾਲ ਕਰਵਾ ਰਹੇ ਹਾਂ, ਮੈਨਸੋ ਪਾਵਰ ਗੋਲੀ ਅਤੇ ਮੈਨਸੋ ਪਾਵਰ ਨੁਕਸਾ। ਮੈਂ ਉਮੀਦ ਕਰਨਾ ਕਿ ਮੇਰੇ ਦੋਸਤਾਂ ਭਰਾਵਾਂ ਨੂੰ ਇਹ ਬਹੁਤ ਹੀ ਅੱਛਾ ਲੱਗਿਆ ਹੋਏਗਾ, ਔਰ ਇਹਨੂੰ ਤੁਸੀਂ ਲਾਜ਼ਮੀ ਲਾਈਕ ਕਰਨਾ, ਸ਼ੇਅਰ ਕਰਨਾ, ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਇਨਸ਼ਾਅੱਲਾ ਅਗਲੀ ਵੀਡੀਓ ਨਾਲ ਫਿਰ ਮਿਲਾਂਗੇ। ਇਜਾਜ਼ਤ, ਅੱਲਾ ਹਾਫਿਜ਼। ਅਸਲਾਮੁ ਅਲੈਕੁਮ ਵਰਹਮਤੁਲਾਹਿ ਵਬਰਕਾਤੁਹ।